अजमेर जी की इस मीटिंग नु बे सिट्टा कहिए क्योंकि दो घंटे के करीब मीटिंग चली पर हले तक ए नहीं लग रहा कि तुहाडीआं सारीआं मंगां मन्नीआं जा रहीआं ने की कुछ आश्वासन हुण तक तुहानूं दित्ता गया देखो ये मीटिंग जी दो घंटे करीब चली है जी अंदर भी मतलब पार्ट बना बना के मीटिंग उठ के जान तो बाद रहा बना बना के मीटिंग जी चली है ओदे विच असी टोटली ये नहीं कह सकते भी कोई पॉजिटिव मैसेज है जां असी कुछ लेके आए हां कुछ भी इदां दा नहीं लेके आए भी जिदे नाल असी 13,000 अध्यापकां नूं खुश कर सकीए एदे विच सिर्फ एक मैसेज मिलता है कि भी कुछ ना कुछ गवर्नमेंट पछां हटी है कुछ ना कुछ पछां हटी आ जिहड़े साडे नाल मीटिंग करन लई तैयार नहीं सी अज्ज ओह मंगां दे उत्ते गल करन लई तैयार होए ਮੰਗਾਂ ਵੀ ਉਸ ਦੇ ਉੱਤੇ ਕੁਝ ਗੱਲਾਂ ਪਹਿਲਾਂ ਚਲੋ ਕਲੀਅਰ ਸੀ ਕੁਝ ਅੱਜ ਕਲੀਅਰ ਹੋਈਆਂ ਕਿ ਵੀ ਜਿਹੜੀਆਂ ਨਵੀਆਂ ਭਰਤੀਆਂ 8,893 ਪੋਸਟਾਂ ਖਾਸ ਕਰਕੇ ਉਹਦੇ ਉੱਤੇ ਜਿਹੜੀ ਕੱਚੇ ਅਧਿਆਪਕਾਂ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਬੱਚਿਆਂ ਦੀ ਐਨਰੋਲਮੈਂਟ ਹੀ ਅਸੀਂ ਬਣਾਈ ਸੀ ਜਿਨ੍ਹਾਂ ਦੇ ਉੱਤੇ ਇਹ ਪੋਸਟਾਂ ਆਈਆਂ ਸੀ ਤਾਂ ਉਹ ਇਹਨਾਂ ਨੇ ਕਿਹਾ ਵੀ ਅਸੀਂ ਆਊਟਸਾਈਡਰ ਨੂੰ ਜਿਨ੍ਹਾਂ ਵੀ ਅਪਲਾਈ ਕੀਤੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਨੰਬਰ ਦੇ ਉੱਤੇ ਜਾਲੀ ਡਿਗਰੀਆਂ ਵਾਲੇ ਪਾਸੇ ਕਰ ਦਿਆਂਗੇ ਦੂਜੇ ਨੰਬਰ ਤੇ ਐਨਸੀਆਰਟੀ ਤੋਂ ਜਿਹੜੇ ਅਪਰੂਵਡ ਡਿਪਲੋਮਾ ਹੈ ਸਿਰਫ ਉਸ ਨੂੰ ਹੀ ਕੰਪਲਸਰੀ ਕਰ ਦਿਆਂਗੇ ਇੱਕ ਕਮੇਟੀ ਬਣਾਤੀ ਇਹ ਕਿ ਵੀ ਉਹਦੇ ਵਿੱਚ ਕੱਚੇ ਕਾਮਿਆਂ ਨੂੰ ਹੋਰ ਵੀ ਕਿਵੇਂ ਅਸੀਂ ਫਰੇਮ ਕਰ ਸਕਦੇ ਹਾਂ ਇਹਨਾਂ ਇਸ ਭਰਤੀ ਦੇ ਉੱਤੇ ਜਾਂ ਅਗਲੀਆਂ ਹੋਰ ਭਰਤੀਆਂ ਦੇ ਉੱਤੇ ਉਹ ਕਮੇਟੀ ਹੈ ਜਿਹੜੀ ਇਹ ਨਹੀਂ ਕਿ ਵੀ ਉਹ ਡਿਸਾਈਡ ਕਰੂਗੀ ਡਿਸਾਈਡ ਤਾਂ ਆਲਰੇਡੀ ਮਤਲਬ ਉਹ ਹੋ ਸਕਦਾ ਹੈ ਪਹਿਲਾਂ ਕਰਕੇ ਆਏ ਹੋਣ ਬਟ ਉਹ ਸਾਨੂੰ ਹੋ ਸਕਦਾ 9 ਸੈਕਟਰ ਦੇ ਵਿੱਚ ਦੇਣ ਕੁਝ ਨਾ ਕੁਝ ਇਦਾਂ ਦਾ ਉਹ ਕਹਿੰਦੇ ਵੀ ਅਸੀਂ ਇਦਾਂ ਦਾ ਇੱਕ ਵਧੀਆ ਫਰੇਮ ਕਰਕੇ ਦੇਵਾਂਗੇ ਜਿਹਦੇ ਨਾਲ ਕੱਚਾ ਕੰਮ ਆ ਜਿਹੜਾ ਹਰੇਕ ਬੰਦਾ ਪਰ ਉਹ ਇਸ ਗੱਲ ਤੇ ਖੜੇ ਆ ਵੀ ਅਸੀਂ ਨਵੀਆਂ ਭਰਤੀਆਂ ਦੇ ਵਿੱਚ ਸੈੱਟ ਕਰ ਰਹੇ ਆ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਬਿਨਾ ਸ਼ਰਤ ਪੱਕੇ ਕਰੋ ਤੁਸੀਂ ਕਹਿ ਰਹੇ ਹੋ ਬਿਨਾ ਸ਼ਰਤ ਪੱਕਾ ਕਰੋ ਪਰ ਉਹ ਕਹਿ ਰਹੇ ਨੇ ਸਿੱਖਿਆ ਮੰਤਰੀ ਕਿ ਅਸੀਂ ਐਵੇਂ ਕਰ ਨਹੀਂ ਸਕਦੇ ਕਾਨੂੰਨੀ ਕਈ ਦਿੱਕਤਾਂ ਆ ਸਕਦੀਆਂ ਨੇ ਟੈਸਟ ਜਿਹੜਾ ਦੇਣਾ ਪਊਗਾ ਉਹਦੇ ਵਿੱਚ ਵੀ ਤੁਸੀਂ ਆਪਣੀ ਇੱਕ ਡਿਮਾਂਡ ਰੱਖੀ ਹੈ ਕਿ 25 ਨੰਬਰ ਜਿਹੜੇ ਸਾਡੇ ਲਗਾਏ ਜਾਣ ਉਸ ਤੋਂ ਲੈ ਕੇ ਸਿੱਖਿਆ ਮੰਤਰੀ ਨੇ ਕੀ ਕਿ ਅਸੀਂ ਇਹ ਕਹਿੰਦੇ ਆ ਵੀ ਜੇਕਰ ਤੁਹਾਨੂੰ ਇਹ ਲੱਗਦਾ ਹੈ ਵੀ ਟੈਸਟ ਤੋਂ ਬਿਨਾ ਜਾਂ ਨਵੇਂ ਓਪਨ ਐਡਵਰਟਾਈਜ਼ਮੈਂਟ ਤੋਂ ਬਿਨਾ ਵੈਸੇ ਅਸੀਂ ਕਹਿੰਦੇ ਆ ਵੀ ਕਰ ਸਕਦੇ ਹਾਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੀਟੀਏ ਦੇ ਉੱਤੇ ਲੱਗੇ ਹੋਏ ਅਧਿਆਪਕ ਹੈ ਜਿਹੜੇ ਕਿ ਹੋਇਆ ਉਹ ਰੈਗੂਲਰ ਹੋਇਆ ਜਦਕਿ ਅਸੀਂ ਆਥੋਰਾਈਜ਼ਡ ਬਾਡੀਆਂ ਦੇ ਥਰੂ ਅਪਾਇੰਟ ਕੀਤੇ ਹੋਏ ਆ ਸਾਨੂੰ ਰੈਗੂਲਰ ਕਰਨ ਦੇ ਵਿੱਚ ਗਵਰਨਮੈਂਟ ਨੂੰ ਕੋਈ ਦਿੱਕਤ ਨਹੀਂ ਆਉਣੀ ਕਿਉਂਕਿ ਪੀਟੀਏ ਵਾਲੀ ਜਿਹੜੀ ਬਾਡੀ ਆ ਉਹ ਇੰਨੀ ਰਿਕੋਗਨਾਈਜ਼ਡ ਨਹੀਂ ਹੁੰਦੀ ਜਦਕਿ ਅਸੀਂ ਉਸ ਤੋਂ ਵਧੀਆ ਰਿਕੋਗਨਾਈਜ਼ਡ ਬਾਡੀ ਤੋਂ ਅਪਾਇੰਟਡ ਆ ਬਟ ਜੇਕਰ ਸਾਨੂੰ ਫਿਰ ਵੀ 1% ਕਹਿੰਦੇ ਆ ਵੀ ਜੇਕਰ ਨਵੀਆਂ ਭਰਤੀਆਂ ਦੇ ਵਿੱਚ ਕੰਸੀਡਰ ਕਰਨ ਦੀ ਗੱਲ ਕਰਦੇ ਆ ਅਸੀਂ ਇਹ ਕਹਿੰਦੇ ਵੀ 10 ਨੰਬਰਾਂ ਨਾਲ ਨਹੀਂ ਫਿਰ ਅਸੀਂ 25 ਨੰਬਰਾਂ ਨਾਲ ਆਉਣਾ ਯੂਪੀ ਪੈਟਰਨ ਕੀ ਹੈ ਜਿਸ ਨੂੰ ਤੁਸੀਂ ਫਾਲੋ ਕਰਨ ਦੀ ਮੰਗ ਕਰ ਰਹੇ ਹੋ ਯੂਪੀ ਦੇ ਵਿੱਚ ਮੈਡਮ ਇਹ ਗੱਲ ਸੀ ਕਿ ਵੀ ਉੱਥੇ ਸੁਪਰੀਮ ਕੋਰਟ ਦੇ ਵਿੱਚ ਯੂਪੀ ਦੇ ਸਿੱਖਿਆ ਮਿੱਤਰ 1,72,000 ਲੋਕ ਸੀਗੇ ਜਿਹੜੇ ਉਹਨਾਂ ਨੇ ਐਜੀਟੇਸ਼ਨ ਕੀਤਾ ਗਵਰਨਮੈਂਟ ਅੱਗੇ ਫਿਰ ਉਹਨਾਂ ਦੇ ਨਾਲ ਕੋਰਟ ਵੀ ਗਏ ਉਹ ਜਦੋਂ ਕੋਰਟ ਯੂਪੀ ਦੇ ਕੋਰਟ ਨੇ ਹਾਈ ਕੋਰਟ ਨੇ ਉਹਨੂੰ ਕੰਸੀਡਰ ਕਰਤਾ ਅੱਗੇ ਸੁਪਰੀਮ ਕੋਰਟ ਵੱਲ ਨੂੰ ਤਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਗਈ ਤਾਂ ਸੁਪਰੀਮ ਕੋਰਟ ਦੇ ਹੈਵੀ ਜੱਜ ਨੇ ਬੈਂਚ ਨੇ ਤਿੰਨ ਜੱਜਾਂ ਦੇ ਬੈਂਚ ਨੇ ਫੈਸਲਾ ਕੀਤਾ ਕਿ ਵੀ ਇਹਨਾਂ ਕੱਚੇ ਕਾਮਿਆਂ ਨੂੰ ਇਦਾਂ ਦੀਆਂ ਪਾਲਿਸੀਆਂ ਬਣਾਓ ਕਿ ਅਗਲੀਆਂ ਭਰਤੀਆਂ ਦੇ ਵਿੱਚ ਤੁਸੀਂ ਬੈਨੀਫਿਟ ਦਿਓ ਵੱਧ ਤਾਂ ਕਿ ਐਡਜਸਟ ਹੋ ਸਕਣ। ਅੱਛਾ ਜਾਲੀ ਡਿਗਰੀ ਵਾਲੇ ਕਿੰਨੇ ਹੋਣਗੇ ਪੰਜਾਬ ਦੇ ਵਿੱਚ? ਮੈਡਮ ਆਹ ਗੱਲ ਪਹਿਲਾਂ ਪੂਰੀ ਕਰ ਲਈਏ ਕਿ ਉਹਨਾਂ ਨੂੰ 1 ਸਾਲ ਦਾ 2.5 ਅੰਕ ਤਾਂ ਟੋਟਲ 10 ਸਾਲ ਦੇ ਅੰਕ 25 ਅੰਕ ਦੇ ਕੇ ਉਹਨਾਂ ਨੂੰ ਨਵੀਆਂ ਭਰਤੀਆਂ ਦੇ ਵਿੱਚ ਕੰਸੀਡਰ ਕੀਤਾ ਜਿਹਦੇ ਨਾਲ ਕਾਫੀ ਹੋਰ ਲੋਕ ਆ ਜਿਹੜੇ ਐਡਜਸਟ ਹੋ ਰਹੇ। ਤੁਸੀਂ ਵੀ ਤਾਂ ਇਹੋ ਕਹਿ ਰਹੇ ਹੋ ਕਿ 25 ਨੰਬਰ ਦੇਣਾ। ਇਸੇ ਕਰਕੇ ਅਸੀਂ ਸੋਚ ਸਕਦੇ ਹਾਂ ਵੀ ਜੇ 25 ਨੰਬਰ ਦਿੰਦੇ ਆ ਤਾਂ ਅਸੀਂ ਭਰਤੀਆਂ ਦੇ ਵਿੱਚ ਸੋਚ ਸਕਦੇ ਹਾਂ। ਜਾਲੀ ਡਿਗਰੀ ਦੀ ਗੱਲ ਕੀਤੀ ਜਾਵੇ ਕਿਉਂਕਿ ਲਗਾਤਾਰ ਇਹ ਮੰਗ ਚੁੱਕੀ ਜਾ ਰਹੀ ਹੈ ਕਿ ਜਿਨ੍ਹਾਂ ਕੋਲ ਜਾਲੀ ਡਿਗਰੀਆਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਹਟਾਇਆ ਜਾਵੇ। ਕਿਹੜੀਆਂ ਜਾਲੀ ਡਿਗਰੀਆਂ ਨੇ ਤੇ ਕਿੰਨੇ ਜਾਣੇ ਨੇ? ਮੈਡਮ ਸਾਡੀ ਮੰਗ ਨਹੀਂ ਸੀ ਇਹ, ਅਸੀਂ ਤਾਂ ਇਹਨਾਂ ਨੂੰ ਆਲਰੇਡੀ ਐਪਲੀਕੈਂਟ ਦੱਸਿਆ ਵੀ ਇੰਨੇ ਉੱਚ ਐਪਲੀਕੈਂਟ ਆ ਸਾਡਾ ਤੁਸੀਂ ਬਣਾਓਗੇ ਕੀ ਉਸ 'ਚ, ਕਿਉਂਕਿ ਇਹ ਕਹਿੰਦੇ ਵੀ ਤੁਹਾਡੇ ਵਾਸਤੇ ਪੋਸਟ ਹੈ। ਅਸੀਂ ਕਿਹਾ ਸਾਡੇ ਵਾਸਤੇ ਅਸੀਂ ਤਾਂ ਮੰਨੀਏ ਵੀ ਜੇਕਰ ਉਹ ਤਾਂ ਸਾਡੀ ਅਸੀਂ ਹੋਈਏ ਐਪਲੀਕੈਂਟ, ਐਪਲੀਕੈਂਟ ਦਾ ਉਹਦੇ ਵਿੱਚ ਆਲਰੇਡੀ 1 ਲੱਖ ਬੰਦਾ ਹੈ ਤਾਂ ਉਹ ਉਦੋਂ ਕਹਿੰਦੇ ਵੀ 1 ਲੱਖ ਬੰਦੇ ਨੂੰ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਡਿਗਰੀਆਂ ਜਾਲੀ ਹੈ ਅਸੀਂ ਉਹਨਾਂ ਨੂੰ ਪਾਸੇ ਕਰ ਦਾਂਗੇ। ਜਾਲੀ ਡਿਗਰੀਆਂ ਦਾ ਮਤਲਬ ਇਹ ਕਿ ਜਿਹੜੀਆਂ ISO ਹੈ ਜਾਂ ਕੋਈ ਹੋਰ ਇਦਾਂ ਦੇ ਕਾਲਜਸ ਤੋਂ ਕਰਾਏ ਹੋਏ ਡਿਪਲੋਮੇ ਹੈ ਅਰਲੀ ਚਾਈਲਡ ਦੇ ਜਾਂ ਕਿਸੇ ਮਤਲਬ ਬਿਨਾਂ ਆਥੋਰਾਈਜ਼ ਤੋਂ ਕਰਾਏ ਹੋਏ ਆ ਉਹ ਉਹਨਾਂ ਨੂੰ ਪਾਸੇ ਕਰ ਦਾਂਗੇ। ਐਨਸੀਆਰਟੀ ਤੋਂ ਪ੍ਰੂਵਡ ਹੈ ਜਿਹੜਾ ਡਿਪਲੋਮਾ ਸੀ ਉਹਨੂੰ ਅਸੀਂ ਵੈਲਿਡ ਸਮਝਾਂਗੇ। ਅੱਛਾ ਜਸਵੰਤ ਪੰਨੂ ਜੀ, ਮੰਨੀਏ ਜਿਹੜੀਆਂ 83-93 ਕਹਿ ਰਹੇ ਨੇ ਪੋਸਟ, ਉਹ ਤਾਂ ਪੱਕੀਆਂ ਜਿਹੜੀਆਂ ਨੇ ਉਹ ਹੋ ਹੀ ਸਕਦੀਆਂ ਨੇ? ਦੇਖੋ ਜੀ, 83-93 ਪੋਸਟਾਂ ਤੇ ਕੁਝ ਸਮਾਂ ਪਹਿਲਾਂ ਸਰਕਾਰ ਵੱਲੋਂ ਕਿਹਾ ਗਿਆ ਸੀ ਜਿੰਨੇ ਕੱਚੇ ਕਾਮੇ ਨੇ ਉਹਨਾਂ ਨੂੰ ਐਨਟੀਟੀ ਦਾ ਜਿਹੜਾ ਕੋਰਸ ਕਰਵਾਇਆ ਜਾਵੇਗਾ, ਐਨਟੀਟੀ ਦਾ ਕੋਰਸ ਕਰਵਾ ਕੇ ਰੂਲ ਆਫ ਰੈਗੂਲੇਸ਼ਨ ਦੇ ਮੁਤਾਬਕ ਇਹਨਾਂ ਨੂੰ ਪ੍ਰੀ ਨਰਸਰੀ ਦੀਆਂ ਪੋਸਟਾਂ ਤੇ ਨਿਯੁਕਤ ਕੀਤਾ ਜਾਵੇਗਾ। ਪਰ ਹਾਲ ਤੱਕ ਤਾਂ ਗੱਲ ਇਹੀ ਹੋਈ ਹੈ ਤੇ ਬਾਕੀ ਜਿਹੜਾ 9 ਸੈਕਟਰ ਦੇ ਵਿੱਚ ਅਗਲੀ ਮੀਟਿੰਗ ਹੈ ਉਹਦੇ ਵਿੱਚ ਕੀ ਹੁੰਦਾ ਹੈ
ਉੱਥੇ ਜਾ ਕੇ ਪਤਾ ਚੱਲੇਗਾ। ਬੇਸਿੱਟਾ ਮੰਨੀਏ ਇਸ ਮੀਟਿੰਗ ਨੂੰ ਜਾਂ ਤੁਹਾਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਇਹਦੇ ਵਿੱਚ ਤੁਹਾਡੇ ਲਈ ਰਾਹਤ ਲਈ ਕੁਝ ਨਿਕਲਿਆ? ਦੇਖੋ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਇਹ ਕਹਿ ਸਕਦੇ ਆ, ਕੁਝ ਇਹ ਵੀ ਨਹੀਂ ਕਹਿ ਸਕਦੇ ਵੀ ਸਾਨੂੰ ਇੰਨੀ ਜਲਦੀ ਮਿਲ ਵੀ ਗਿਆ। ਜਿਨ੍ਹਾਂ ਤੱਕ ਕੋਈ ਹੱਲ ਕਲੀਅਰ ਨਹੀਂ ਕੀਤਾ ਗਿਆ ਇਹੀ ਕਿਹਾ ਗਿਆ ਵੀ ਤੁਹਾਨੂੰ 9 ਸੈਕਟਰ ਦੇ ਵਿੱਚ ਜਾ ਕੇ ਜੋ ਵੀ ਸਾਨੂੰ ਦੱਸਿਆ ਜਾਵੇਗਾ ਕਲੀਅਰ ਕੀਤਾ ਜਾਵੇਗਾ, ਉਸ ਤੋਂ ਬਾਅਦ ਹੀ ਅਸੀਂ ਕਹਿ ਸਕਦੇ ਹਾਂ। ਧਰਨਾ ਜਿਹੜਾ ਸਟਰਗਲ ਹੈ ਸਾਡਾ ਲਗਾਤਾਰ ਜਾਰੀ ਰਹੇਗਾ। ਤੇ ਸਿੱਖਿਆ ਸਕੱਤਰ ਨੇ ਕੋਈ ਪ੍ਰਪੋਜ਼ਲ ਦਿਖਾਣਾ ਹੈ ਕਿਉਂਕਿ ਉਹ ਕਹਿ ਕੇ ਗਏ ਨੇ ਕਿ ਮੈਂ ਇਹਨਾਂ ਨੂੰ ਕੁਝ ਪ੍ਰਪੋਜ਼ਲ ਦਿਖਾਉਣਾ ਚਾਹੁੰਦਾ ਕਿ ਅਸੀਂ ਕਿਵੇਂ ਪੱਕੇ ਕਰਾਂਗੇ? ਦੇਖੋ ਕੁਝ ਗੱਲਾਂ ਤੇ ਗੱਲਬਾਤ ਹੋਈ, ਉਹ ਕਹਿੰਦੇ ਵੀ ਤੁਹਾਨੂੰ ਮੈਂ ਮਿੰਨੀ ਸੈਕਟਰੀਏਟ ਤੁਹਾਨੂੰ ਜਾ ਕੇ ਦੱਸਾਂਗਾ ਵੀ ਕਿਸ ਵਿਸ਼ੇ ਤੇ ਕੀ ਉਹਦੇ ਤੱਥਾਂ ਦੇ ਆਧਾਰ ਤੇ ਦੱਸੂਗਾ, ਉਸ ਤੋਂ ਬਾਅਦ ਦੱਸਾਂਗੇ ਵੀ ਕੀ ਗੱਲਬਾਤ।